ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਗਾਹ ਪੈ ਰਿਹਾ, ਪੁਲਿਸ ਪ੍ਰਸ਼ਾਸਨ ਚੁਸਤੀ ਫੁਰਤੀ ਦਿਖਾ ਰਿਹਾ ਤੇ ਹੋ ਕੀ ਰਿਹਾ ਤੁਹਾਨੂੰ ਜਾਣਕਾਰੀ ਦੇ ਦਈਏ। ਇਹ ਤਸਵੀਰਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪਿਛਲੇ ਦਿਨਾਂ ਤੋਂ ਬੈਠੇ 2016 'ਚ ਪੰਜਾਬ ਪੁਲਿਸ 'ਚ ਨਿਕਲੀਆਂ ਭਰਤੀਆਂ ਵਾਲੇ ਨੌਜਵਾਨ ਨੌਕਰੀਆਂ ਦੀ ਮੰਗ ਕਰ ਰਹੇ ਨੇ। ਬੀਤੇ ਦਿਨੀ ਸੂਬੇ ਦੇ ਮੁੱਖ ਮੰਤਰੀ ਵੱਲੋਂ 4358 ਨੌਕਰੀਆਂ ਰੱਖਣ ਦੇ ਐਲਾਨ ਤੋਂ ਬਾਅਦ ਵੀ ਇਹ ਨੌਜਵਾਨ ਧਰਨਾ ਪ੍ਰਦਰਸ਼ਨ ਦੇ ਰਹੇ ਨੇ। ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਕੇ ਬੈਠੇ ਨੇ ਅਤੇ ਤਸਵੀਰਾਂ ਦੇਖ ਰਹੇ ਹੋ ਆਪਣੇ ਆਪ 'ਤੇ ਪੈਟਰੋਲ ਲਾ ਕੇ ਪੈਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਚੁਸਤੀ ਦਿਖਾਉਂਦਿਆਂ ਪ੍ਰਸ਼ਾਸਨ ਨੇ ਪੁਲਿਸ ਅਧਿਕਾਰੀਆਂ ਨੇ ਇਸ ਤਰ੍ਹਾਂ ਨਹੀਂ ਹੋਣ ਦਿੱਤਾ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜੀਰੋ ਗਰਾਊਂਡ 'ਤੇ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਪਹੁੰਚੇ ਹੋਏ ਨੇ। ਤੁਹਾਨੂੰ ਸੁਣਾਉਂਦੇ ਹਾਂ ਇਹ ਨੌਜਵਾਨਾਂ ਦਾ ਕੀ ਕਹਿਣਾ। ਤਸਵੀਰਾਂ ਤੁਸੀਂ ਦੇਖ ਰਹੇ, ਤਸਵੀਰਾਂ ਨੇ ਸਿੱਧੀਆਂ ਭਰਤੀ ਕਰਨ ਦੇ ਸੰਪੂਰਨ ਲਿਸਟ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ। ਉਸਦੇ ਤਹਿਤ ਅੱਜ ਨੌਜਵਾਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ। ਸਵੇਰ ਤੋਂ ਲੈ ਕੇ ਧਰਨਾ ਚੱਲ ਰਿਹਾ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ। ਕਰਦੇ ਆ ਗੱਲ, ਕੀ ਮਾਮਲਾ, ਕੀ ਹਾਲੇ ਤੱਕ ਕੋਈ ਸੁਣਵਾਈ ਹੋਈ ਹੈ ਜਾਂ ਨਹੀਂ, ਕਰਦੇ ਆ ਨੌਜਵਾਨਾਂ ਨਾਲ ਗੱਲ। ਬਾਈ ਜੀ, ਤੁਸੀਂ ਸਵੇਰ ਤੋਂ ਧਰਨਾ ਦੇ ਰਹੇ ਹੋ, ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਇਸ ਸੰਬੰਧੀ? ਬਾਈ, ਪ੍ਰਸ਼ਾਸਨ ਗੱਲਬਾਤ ਕਰ ਰਿਹਾ ਪਰ ਪੱਲੇ ਝਾੜ ਰਿਹਾ ਪ੍ਰਸ਼ਾਸਨ। ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ, ਚੋਣ ਜ਼ਾਬਤਾ ਲੱਗਿਆ ਹੋਇਆਗਾ, ਪਰ ਚੋਣ ਜ਼ਾਬਤਾ ਲੱਗਿਆ ਇਹ ਨਵੇਂ ਵਾਲਿਆਂ ਦਾ, ਭਰਤੀ ਵਾਲਿਆਂ ਨੂੰ ਤਾਂ ਜੁਆਇਨਿੰਗ ਲੈਟਰ ਦੇ ਸਕਦੇ ਆ, ਇਹ ਸਾਨੂੰ ਨਹੀਂ ਜੁਆਇਨਿੰਗ ਲੈਟਰ ਦੇ ਸਕਦੇ, ਅਸੀਂ 5 ਸਾਲ ਤੋਂ ਭੜਕ ਰਹੇ ਹਾਂ ਜਿਹੜੇ। ਬਾਈ ਜੀ, ਤੁਹਾਡਾ ਪਿਛਲੇ ਦਿਨ ਧਰਨੇ ਵੀ ਚੱਲ ਰਹੇ ਸੀਗੇ, ਪਰ ਅੱਜ ਫੇਰ ਧਰਨਾ ਦੇਣ ਦਾ ਕਿਉਂ ਕਾਰਨ ਰਿਹਾ, ਕਿਉਂਕਿ ਪਿੱਛੇ ਮੀਟਿੰਗ ਵੀ ਹੋ ਕੇ ਆਈ ਸੀ ਸੀਐਮ ਸਾਹਿਬ ਨਾਲ? ਬਾਈ, ਮੀਟਿੰਗ ਹੋਈ ਸੀਗੀ, ਸਾਰੀ ਮਿੱਠੀ ਗੋਲੀ ਸੀ ਉਹ। ਸੀਐਮ ਸਾਹਿਬ ਕਹਿੰਦੇ 1 ਮਹੀਨੇ ਦਾ ਟਾਈਮ ਦੇ ਦਿਓ, ਤੁਹਾਨੂੰ ਕਲੀਅਰ ਕਰ ਦੂੰਗਾ ਮੈਂ, ਠੀਕ ਹੈ, ਪਰ 1.5 ਮਹੀਨਾ ਲੰਘ ਗਿਆ ਬਾਈ, ਹਾਲੇ ਤੱਕ ਕੋਈ ਸਾਡੀ ਗੱਲਬਾਤ ਨਹੀਂ ਸੁਣੀ। ਸਾਨੂੰ ਅੱਕ ਕੇ ਇਹ ਸਟੈਪ ਚੱਕਣਾ ਪਿਆ, ਇਹ ਤੋਂ ਵੀ ਅੱਗੇ ਜਾਵਾਂਗੇ ਅਸੀਂ ਜੇ ਸਾਡੀ ਗੱਲਬਾਤ, ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ ਤਾਂ ਅਸੀਂ ਇਹ ਤੋਂ ਵੱਧ ਅਸੀਂ ਮਰਨ ਤੱਕ ਵੀ ਜਾਵਾਂਗੇ। ਅੱਜ ਵੀ ਦੇਖਿਆ ਜਾ ਰਿਹਾ ਤਸਵੀਰਾਂ ਦੇ ਵਿੱਚ ਕਿ ਪੈਟਰੋਲ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਬਾਈ, ਕੀ ਕਰੀਏ ਹੋਰ ਦੱਸੋ, ਅਸੀਂ ਗਰੀਬ ਘਰਾਂ ਦੇ ਮੁੰਡੇ ਆਂਗੇ, ਦਿਹਾੜੀਆਂ ਕਰਕੇ ਅਸੀਂ ਪੈਸੇ ਲਾ ਕੇ ਇੱਥੇ ਆਉਂਦੇ ਹਾਂਗੇ, ਪਰ ਇਹ ਉਹੀ ਗੱਲ, ਮਿੱਠੀਆਂ ਗੋਲੀਆਂ ਦਿੰਦੇ। ਅਸੀਂ ਚੰਡੀਗੜ੍ਹ ਜਾਂਦੇ ਹਾਂ, ਉੱਥੇ ਸਾਡੀ ਮੀਟਿੰਗ ਨਹੀਂ ਕਰਾਈ ਜਾਂਦੀ, ਅਸੀਂ ਫਿਰ ਪੈਸੇ ਲਾ ਕੇ ਪੈਟਰੋਲ ਫੂਕ ਕੇ ਆ ਜਾਂਦੇ ਹਾਂਗੇ। ਬਾਈ ਜੀ, ਪਿਛਲੇ ਦਿਨੀ ਵੀ ਧਰਨੇ ਲੱਗੇ ਸੀ, ਪਰ ਅੱਜ ਧਰਨਾ ਦੇਣ ਦਾ ਕੀ ਕਾਰਨ ਰਿਹਾ ਨੈਸ਼ਨਲ? ਧਰਨਾ ਦੇਣ ਦਾ ਕਾਰਨ ਇਹ ਜੀ, ਕੱਲ੍ਹ ਇਹਨੇ ਅਨਾਊਂਸਮੈਂਟ ਕਰੀ, ਭਗਵੰਤ ਮਾਨ ਸਾਹਿਬ ਨੇ ਅਨਾਊਂਸਮੈਂਟ ਕਰੀ ਸੀ ਵੀ 4300 ਅਸੀਂ ਮਤਲਬ ਉਹਨਾਂ ਨੂੰ ਵਧਾਈ ਦੇ ਪੱਤਰ ਕਿਹਾ ਸੀ ਵੀ ਅਸੀਂ ਉਹਨਾਂ ਨੂੰ ਜੁਆਇਨਿੰਗ ਲੈਟਰ ਦੇ ਰਹੇ ਹਾਂ 4300 ਕੁਛ, ਹਾਂਜੀ, ਅਤੇ ਉਹਨਾਂ ਨੇ ਜੁਆਇਨਿੰਗ ਲੈਟਰ ਮਤਲਬ ਉਹ ਸਾਡਾ, ਅਸੀਂ 2016 ਤੋਂ ਭਟਕ ਰਹੇ ਹਾਂ, ਸਾਡਾ ਕੋਈ ਹੱਲ ਨਹੀਂ ਕੀਤਾ ਗਿਆ, 2021 ਦੀ ਭਰਤੀ ਦਾ ਹੱਲ ਕਰ ਸਕਦਾ, ਸਾਡਾ ਕਿਉਂ ਨਹੀਂ ਕਰ ਸਕਦੇ? ਸਾਡਾ ਮੀਟਿੰਗ ਵੀ ਹੋਈ ਸੀ ਭਗਵੰਤ ਮਾਨ ਸਾਹਿਬ ਦੀ, ਸਾਨੂੰ ਟਾਈਮ ਦਿੱਤਾ ਗਿਆ 1 ਮਹੀਨੇ ਦਾ, 1 ਮਹੀਨੇ ਤੋਂ ਵੀ ਅਸੀਂ ਬਾਅਦ 'ਚ ਵੇਟ ਕਰਕੇ ਜਦੋਂ ਆਏ, ਉਸ ਤੋਂ ਬਾਅਦ ਸਾਨੂੰ ਕੁਛ ਨਹੀਂ, ਕੋਈ ਆਸ਼ਵਾਸਨ ਨਹੀਂ ਦਿੱਤਾ ਗਿਆ, ਇਸ ਲਈ ਸਾਨੂੰ ਮਜਬੂਰੀ 'ਚ ਧਰਨਾ ਨਹੀਂ ਜੀ। ਨਹੀਂ, ਉਹ ਸਾਰਾ ਝੂਠ ਆ ਜੀ, ਉਹ ਤਾਂ ਪੁਰਾਣੀਆਂ ਲਿਸਟਾਂ ਅਪਡੇਟ ਕਰੀਆਂ, ਜਿਹੜੇ ਉਹ ਚੀਜ਼ 'ਚ ਸਾਡੇ ਜਿੰਨੇ ਕੈਂਡੀਡੇਟ ਬੈਠੇ ਕਿਸੇ ਦਾ ਕੋਈ ਨਾਂ ਨਹੀਂ ਹੈਗਾ, ਉਹ ਚੀਜ਼ 'ਚ ਸਾਡਾ ਨਾਂ ਨਹੀਂ। ਪਿਛਲੇ ਦਿਨੀ ਧਰਨੇ ਵੀ ਚੱਲ ਰਹੇ ਨੇ, ਹਨਾ, ਪਰ ਅੱਜ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ, ਅਤੇ ਜੇਕਰ ਗੱਲ ਕਰੀ ਜਾਵੇ ਤਾਂ ਲੋਕ ਸਭਾ ਦੀਆਂ ਚੋਣਾਂ ਵੀ ਨੇ, ਅਤੇ ਕੀ ਲੱਗਦਾ ਪੰਜਾਬ ਦੇ ਵਿੱਚ ਮੁੜ ਤੋਂ ਸੰਗਰੂਰ ਦੇ ਵਿੱਚ ਆਮ ਆਦਮੀ ਬਣਾਊਗੀ ਸੀਟ, ਨਿਕਲੂਗੀ ਆਮ ਆਦਮੀ ਦੀ? ਸਰ ਦੇਖੋ, ਇਸ ਹਿਸਾਬ ਨਾਲ ਤਾਂ ਮੁਸ਼ਕਿਲ ਹੈ, ਲੋਕਾਂ ਨੇ ਇੰਨਾ ਤਾਂ ਕਰ ਰਿਹਾ, ਆਮ ਆਦਮੀ ਸਰਕਾਰ ਜਿਹੜੀ ਇਹ ਲੋਕਾਂ ਦੀ ਸਰਕਾਰ ਸੀ, ਅੱਜ ਜਿਹੜਾ ਆਮ ਆਦਮੀ ਪਾਰਟੀ ਕਹਿੰਦੇ ਲੋਕਾਂ ਦੀ ਸਰਕਾਰ, ਲੋਕਾਂ 'ਚ ਆਉਂਦੇ ਨਹੀਂ, ਗੱਲ ਹੀ ਨਹੀਂ ਸੁਣਦੇ, ਨਾ ਤਾਂ ਭਗਵੰਤ ਮਾਨ ਸਾਹਿਬ ਸੁਣਦੇ, ਨਾ ਹੀ ਉਹਨਾਂ ਦੇ ਕੋਈ MLA, ਨਾ ਹੀ ਉਹਨਾਂ ਦਾ ਕੋਈ ਹੋਰ ਭਾਰੇ, ਨਾ ਹੀ ਪ੍ਰਸ਼ਾਸਨ ਵੀ ਨਹੀਂ, ਪ੍ਰਸ਼ਾਸਨ ਸਾਡਾ ਬਸ ਇਹ ਮਰਨ ਦਾ ਵੀ, ਜਾਂ ਤਾਂ ਮਰਾਂਗੇ ਜਾਂ ਨੌਕਰੀ ਲੈ ਕੇ ਜਾਵਾਂਗੇ, ਸਾਨੂੰ ਜੁਆਇਨਿੰਗ ਲੈਟਰ ਚਾਹੀਦੇ। ਨੌਜਵਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਜਾਂ ਮਰਾਂਗੇ ਜਾਂ ਫਿਰ ਨੌਕਰੀ ਲੈ ਕੇ ਜਾਵਾਂਗੇ, ਇਹ ਦੇਖਣਾ ਹੋਵੇਗਾ ਕਦੋਂ ਤੱਕ ਧਰਨਾ ਚੱਲੇਗਾ, ਕਿਉਂਕਿ ਜੇਕਰ ਗੱਲ ਕਰੀ ਜਾਵੇ ਤਾਂ ਲੋਕ ਸਭਾ ਸੀਟ ਦਾ ਐਲਾਨ ਵੀ ਹੋ ਚੁੱਕਿਆ ਹੈ। ਸੀਐਮ ਭਗਵੰਤ ਮਾਨ ਪਹਿਲਾਂ ਇੱਥੋਂ ਲੋਕ ਸਭਾ ਦੇ ਮੈਂਬਰ ਸੀ, ਪਰ ਉਹਨਾਂ ਦੇ ਸੀਐਮ ਬਣਨ ਤੋਂ ਬਾਅਦ, ਅਸਤੀਫਾ ਦੇਣ ਤੋਂ ਬਾਅਦ ਮੁੜ ਤੋਂ ਚੋਣਾਂ ਹੋ ਰਹੀਆਂ ਨੇ, ਪਰ ਦੇਖਣਾ ਇਹ ਹੋਵੇਗਾ ਕਿ ਇਹ ਨੌਜਵਾਨਾਂ ਨੂੰ ਪੱਕਾ ਕੀਤਾ ਜਾਂਦਾ ਜਾਂ ਫਿਰ ਨਹੀਂ। ਸੋ ਜਿੱਥੇ ਪੁਲਿਸ ਦੀਆਂ ਨੌਕਰੀਆਂ ਨੂੰ ਲੈ ਕੇ ਧਰਨਾ ਲੱਗ ਰਿਹਾ, ਉੱਥੇ ਹੀ
ਡਰਾਈਵਰਾਂ ਦੇ ਵੱਲੋਂ ਵੀ ਪਿਛਲੇ ਦਿਨੀ ਨੌਕਰੀਆਂ ਪਿਛਲੀ ਸਰਕਾਰਾਂ ਦੇ ਵੱਲੋਂ ਨੌਕਰੀਆਂ ਕੱਢੀਆਂ ਗਈਆਂ ਸੀ ਪਰ ਹਾਲੇ ਤੱਕ ਉਹਨਾਂ ਨੂੰ ਵੀ ਭਰਤੀ ਨਹੀਂ ਕੀਤਾ ਗਿਆ। ਕਰਦੇ ਆ ਗੱਲ ਆਪਾਂ, ਤੁਸੀਂ ਵੀ ਅੱਜ ਧਰਨੇ ਤੇ ਬੈਠੋ, ਕੀ ਕਾਰਨ ਹੈ? ਬਾਈ ਜੀ, ਕਾਰਨ ਤਾਂ ਇਹੀ ਹੈ, ਬੇਰੁਜ਼ਗਾਰੀ। ਸਾਡੀ 2016 ਦੇ ਵਿੱਚ ਵੱਖ-ਵੱਖ 18 ਡਿਪਾਰਟਮੈਂਟਾਂ ਦੇ ਵਿੱਚ ਸਰਕਾਰ ਨੇ 210 ਡਰਾਈਵਰਾਂ ਦੀ ਭਰਤੀ ਕੱਢੀ ਸੀ। 2018 ਦੇ ਵਿੱਚ ਪੇਪਰ ਹੋ ਗਿਆ, 2019 ਦੇ ਵਿੱਚ ਡਾਕੂਮੈਂਟਸ ਵੈਰੀਫਿਕੇਸ਼ਨ ਹੋ ਗਏ, 2020 ਦੇ ਵਿੱਚ ਸਾਡੇ ਯਾਨੀ ਟ੍ਰਾਇਲ ਵਗੈਰਾ ਸਾਰੇ ਚੰਡੀਗੜ੍ਹ ਵਿਖੇ ਹੋ ਗਏ ਸੀ। ਹੁਣ 2021 ਵਿੱਚ ਵੱਖ-ਵੱਖ ਗੱਡੀਆਂ ਚਲਵਾ ਕੇ ਦੇਖ ਲਈਆਂ। ਉਸ ਤੋਂ ਬਾਅਦ ਸਰਕਾਰ ਨੇ ਹੁਣ ਇੱਕ ਮਹੀਨਾ ਪਹਿਲਾਂ ਸਾਡੇ 27 ਬੰਦਿਆਂ ਨੂੰ ਜੁਆਇਨ ਕਰਾ ਲਿਆ ਅਤੇ ਸਾਨੂੰ ਸਰਕਾਰ ਤੋਂ ਇਹੀ ਮੰਗ ਹੈ ਵੀ ਜਦੋਂ 27 ਬੰਦੇ ਸਾਡੇ ਜੁਆਇਨ ਕਰਾ ਲਏ ਤਾਂ 183 ਬੰਦੇ ਵਿਚਾਲੇ ਕਿਉਂ ਛੱਡੇ ਗਏ ਆ? ਇਸ ਕਰਕੇ ਸਾਨੂੰ ਰੋਸ ਮੁਜ਼ਾਹਰਾ ਕਰਨਾ ਪਿਆ, ਕਿਉਂਕਿ ਇੱਕ ਹੀ ਭਰਤੀ ਸੀ, ਇੱਕ ਇਸ਼ਤਿਹਾਰ ਸੀ, ਸਾਰਾ ਕੁਝ ਇੱਕ ਹੀ ਸੀ, ਇੱਕੋ ਜਿਹਾ ਪੇਪਰ ਹੋਇਆ, ਬਟ ਸਾਡੇ ਨਾਲ ਧੋਖਾ ਕਿਉਂ ਹੋ ਰਿਹਾ? ਭਾਈ ਜੀ, ਇੱਕ ਪਾਸੇ ਪੰਜਾਬ ਸਰਕਾਰ ਗੱਲਾਂ ਕਰਦੀ ਹੈ ਕਿ ਬੇਰੁਜ਼ਗਾਰੀ ਨੂੰ ਖਤਮ ਕਰਾਂਗੇ, ਹਰਾ ਪੈਨ ਲੋਕਾਂ ਦੇ ਲਈ ਚੱਲੇਗਾ, ਪਰ ਕੀ ਲੱਗਦਾ ਹਾਲੇ ਤੱਕ ਹਰਾ ਪੈਨ ਨਹੀਂ ਚੱਲਿਆ ਸਰਕਾਰ ਦਾ? ਉਹ ਕਾਹਨੂੰ ਜੀ, ਅਸੀਂ ਬੇਰੁਜ਼ਗਾਰਾਂ ਵਾਸਤੇ ਤਾਂ ਇਹਨਾਂ ਦੀ ਹਰੇ ਪੈਨ ਦੀ ਸ਼ਾਹੀ ਮੁੱਕ ਗਈ ਮੈਨੂੰ ਲੱਗਦਾ, ਬਟ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਜਿਮਨੀ ਚੋਣਾਂ ਤੋਂ ਪਹਿਲਾਂ ਸਾਡਾ ਜਿਹੜਾ ਮਸਲਾ ਹੱਲ ਹੋ ਜੇ, 183 ਬੰਦਿਆਂ ਨੂੰ ਜੁਆਇਨਿੰਗ ਲੈਟਰ ਦੇ ਦਿਓ, ਨਹੀਂ ਤਾਂ ਜਿਵੇਂ ਮਨਪ੍ਰੀਤ ਬਾਦਲ ਨਾਲ ਬਠਿੰਡਾ ਵਿਖੇ ਹੋਈ ਸੀ ਉਸੇ ਤਰ੍ਹਾਂ ਜਿਮਨੀ ਚੋਣਾਂ ਦੇ ਵਿੱਚ ਭਗਵੰਤ ਮਾਨ ਸੀਐਮ ਦੀ ਭੈਣ ਨਾਲ ਹੋਊਗੀ। ਸੋ ਕਰਦੇ ਹਾਂ ਜੀ। ਭਾਈ ਜੀ, ਕੀ ਕਾਰਨ ਹੈ ਤੁਸੀਂ ਇਹ ਧਰਨੇ ਤੇ ਬੈਠੇ ਹੋ? ਕਾਰਨ ਹੀ ਸਾਡਾ ਡਰਾਈਵਰਾਂ ਦਾ ਹੈਗਾ ਵੀ 210 ਡਰਾਈਵਰਾਂ ਦੀ ਭਰਤੀ ਸੀਗੀ, ਉਹ ਸਾਡੀ ਵਿੱਚ ਵਿਚਾਲੇ ਲਟਕਦੀ ਪਈ ਹੈ, 5 ਸਾਲ ਹੋ ਗਏ। 2016 ਦੀ ਭਰਤੀ ਹੈ, ਹਜੇ ਤੱਕ ਸਰਕਾਰ ਨੂੰ ਨਿਯੁਕਤੀ ਪੱਤਰ ਨਹੀਂ ਸਾਨੂੰ ਮਿਲੇ ਹੈਗੇ। ਨਿਯੁਕਤੀ ਪੱਤਰਾਂ ਤੋਂ ਅਸੀਂ ਵਾਂਝੇ ਬੈਠੇ ਹਾਂ। 27 ਬੰਦੇ ਨਿਯੁਕਤੀ ਪੱਤਰ ਲੈ ਗਏ ਜਿਹਨਾਂ ਦੇ ਸਾਡੇ ਮੈਰਿਟ ਤੋਂ ਨੰਬਰ ਘੱਟ ਸੀਗੇ, ਉਹ ਬੰਦੇ ਨਿਯੁਕਤੀ ਪੱਤਰ ਲੈ ਗਏ। ਅਸੀਂ 60 ਨੰਬਰਾਂ ਵਾਲੇ ਜਿਹਨੇ ਟੌਪ ਲਿਸਟਡ ਸੀ, ਟੌਪ 10 'ਚ, ਹਜੇ ਤੱਕ ਉਹ ਜਵਾਨੀ ਲੈਟਰ ਤੋਂ ਬੈਠੇ ਆ। ਪਤਾ ਨਹੀਂ ਸਰਕਾਰ ਦੀ ਕਈ ਰਣਨੀਤੀ ਹੈ, ਕਿਵੇਂ ਇਹਨੂੰ ਨਿਯੁਕਤੀ ਪੱਤਰ ਦਿੱਤੇ ਨੇ, ਕਿਸ ਹਿਸਾਬ ਨਾਲ ਬਣਾਏ, ਪਤਾ ਨਹੀਂ ਸਿਫਾਰਸ਼ੀ ਦਿੱਤੇ ਆ, ਕਿਵੇਂ ਦਿੱਤੇ ਆ, ਉਹ ਬੰਦੇ ਨੌਕਰੀ ਲੈ ਗਏ ਜਿਹੜੇ ਮੈਰਿਟ ਟੌਪ ਸੀਗੇ, ਉਹ ਬੈਠੇ ਨੇ ਹਜੇ ਤੱਕ। ਭਾਈ ਜੀ, ਜੇਕਰ ਨੌਕਰੀਆਂ ਨਿਕਲ ਗਈਆਂ, ਉਹਨਾਂ ਦੇ ਟੈਸਟ ਹੋ ਗਏ, ਪਰ ਤੁਹਾਨੂੰ ਕਿਉਂ ਨਹੀਂ ਹਾਲੇ ਤੱਕ ਭਰਤੀ ਕੀਤਾ ਗਿਆ, ਕੀ ਕਾਰਨ ਹੈ? ਕਾਰਨ ਤਾਂ ਜੀ, ਅਸੀਂ ਜਦੋਂ ਵੀ ਜਾਂਦੇ ਹਾਂ ਬੋਰਡ ਮੂਹਰੇ, ਬੋਰਡ ਦੀ ਵੀ ਇਹ ਸ਼ਿਕਾਇਤ ਹੁੰਦੀ ਹੈ ਜੀ ਮਹਿਕਮੇ ਨਹੀਂ ਹਾਂ ਭਰ ਰਹੇ ਸਾਨੂੰ, ਅਤੇ ਮਹਿਕਮੇ ਕੋਲ ਜਾਂਦੇ ਹਾਂ, ਉਹ ਕਹਿੰਦੇ ਜੀ ਬੋਰਡ ਦੀ ਜ਼ਿੰਮੇਵਾਰੀ ਹੈ। ਸਾਨੂੰ ਤਾਂ ਦੂਜੇ ਪਾਸੇ ਵੀ ਜਾਂਦੇ ਹਾਂ ਕਿ ਸਾਰੇ ਮੰਤਰੀਆਂ ਕੋਲ ਜਾਏ, ਅਸੀਂ ਪਹਿਲਾਂ ਕੈਪਟਨ ਸਾਹਿਬ ਕੋਲ ਬੈਠੇ ਰਹੇ ਜੀ, ਉਦੋਂ ਬਾਅਦ ਚੰਨੀ ਸਾਹਿਬ ਆ ਗਏ, ਉਹਨਾਂ ਕੋਲ ਵੀ ਮਿਲਦੇ ਰਹੇ, ਉਹਨਾਂ ਨੇ ਸਾਨੂੰ ਲਾਰੇ ਲਾਏ, ਅਤੇ ਹੁਣ ਜਦੋਂ ਭਗਵੰਤ ਮਾਨ ਸਾਹਿਬ ਆ ਗਏ, ਨਵੀਂ ਪਾਰਟੀ ਲਿਆਂਦੀ ਸੀ, ਅੱਗੇ ਚੱਲ ਵੀ ਉਹ ਸਾਡੀ ਗੱਲ ਸੁਣਨਗੇ, ਉਹਨਾਂ ਕੋਲ ਵੀ ਜਾਏ, ਉਹਨਾਂ ਕੋਲ ਪੀਏ ਸਾਹਿਬ ਨੂੰ, ਸਾਰੇ ਮੰਤਰੀਆਂ ਨੂੰ ਦੇ ਆਏ ਮੰਗ ਪੱਤਰ, ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਅਖੀਰ 'ਤੇ ਅਸੀਂ ਅੰਤ ਅੱਕ ਕੇ ਅਸੀਂ ਸੀਐਮ ਸਾਹਿਬ ਦੀ ਕੋਠੀ ਮੂਹਰੇ ਧਰਨੇ 'ਤੇ ਬੈਠੇ, 10 ਦਿਨ ਸਾਨੂੰ ਹੋ ਗਏ ਬੈਠਿਆਂ ਨੂੰ, ਅੱਜ ਅੱਕ ਕੇ ਅਸੀਂ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ। ਸੋ ਅੱਗੇ ਕੀ ਰਣਨੀਤੀ ਹੋਵੇਗੀ, ਕਿੰਨਾ ਸਮੇਂ ਤੱਕ ਇਹ ਧਰਨਾ ਚੱਲਦਾ ਰਹੇਗਾ ਤੁਹਾਡਾ? ਇਹ ਜਿੰਨੇ ਤੱਕ ਸਾਨੂੰ ਜੀ ਨਿਯੁਕਤੀ ਪੱਤਰ ਜਾਰੀ ਨਹੀਂ ਹੁੰਦੇ, ਸਾਡੇ ਜਿੰਨੇ ਬੰਦੇ 183 ਰਹਿੰਦੇ ਆ, ਉਹਨਾਂ ਤੱਕ ਧਰਨਾ ਜਾਰੀ ਰਹੇਗਾ। ਜਿੱਦਾਂ ਸਾਡੀ ਜਥੇਬੰਦੀ ਅੱਗੇ ਹੋਰ ਧਰਨਾ ਸੰਘਰਸ਼ ਤੇਜ਼ ਕਰਾਂਗੇ, ਅਸੀਂ ਹੋਰ ਸੰਘਰਸ਼ ਤੇਜ਼ ਕਰਾਂਗੇ। ਸੋ ਲਾਰੇ ਤੇ ਲਾਰੇ ਨੌਕਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਲਾਰੇ ਤੇ ਲਾਰੇ ਦੇ ਰਹੀ ਹੈ, ਇਹਨਾਂ ਨੂੰ ਕਦੋਂ ਪੱਕਾ ਕਰਨਗੇ? ਨੌਜਵਾਨਾਂ ਦਾ ਕਹਿਣਾ ਕਿ ਜਿੰਨਾ ਸਮਾਂ ਉਹਨਾਂ ਨੂੰ ਕੋਈ ਨੋਟੀਫਿਕੇਸ਼ਨ ਜਾਂ ਕੋਈ ਪੱਕੇ ਕਰਨ ਦਾ ਨਹੀਂ ਐਲਾਨ ਹੁੰਦਾ, ਉਹਨਾਂ ਸਮਾਂ ਇਹ ਧਰਨਾ ਜਾਰੀ ਰਹੇਗਾ। ਕੈਮਰਾਮੈਨ ਇਕਬਾਲ ਸਿੰਘ ਦੇ ਨਾਲ ਰਸ਼ਪਿੰਦਰ ਸਿੰਘ, ਸੰਗਰੂਰ।